जगवंत सिंह की हाल चाल है यार? आज पिंड विच जल सप्लाई महकमे वालों पानी बारे कोई प्रचार हो रहा सी। हाँ बई हाँ, मैं भी सुनिया सी ते फिर जाके पुछया भी सी इस बारे। की कहंदे सी जगवंत सिंह, फिर कुछ पता लगा? बलवंत सिंह ओ ता घर घर विच साफ पानी पहुंचाउण दी गल कर रहे सी, कोई जल जीवन मिशन चलाया सरकार ने। अच्छा जगवंत सिंह। बलवंत सिंह, मैं सुनिया कल्ले अपने पिंड ही नहीं ਸਗੋਂ ਪੰਜਾਬ ਦੇ ਸਾਰੇ ਪਿੰਡਾਂ 'ਚ ਮਿਸ਼ਨ ਚੱਲੇਗਾ। ਜਗਵੰਤ ਸਿੰਘ ਬੁਝਾਰਤਾ ਨਾ ਪਾ, ਮੈਨੂੰ ਚੰਗੀ ਤਰ੍ਹਾਂ ਸਮਝਾ, ਨਾਲੇ ਜੇ ਪਿੰਡ ਦੇ ਹਰ ਘਰ ਨੂੰ ਸਾਫ਼ ਪਾਣੀ ਮਿਲ ਜਾਵੇਗਾ ਤਾਂ ਅਸੀਂ ਤੇ ਸਾਡੀ ਆਉਣ ਵਾਲੀ ਪੀੜ੍ਹੀ ਗੰਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚ ਜਾਵੇਗੀ। ਤੂੰ ਮੈਨੂੰ ਸਾਰੀ ਗੱਲ ਦੱਸ ਛੇਤੀ ਛੇਤੀ। ਦੇਖ ਭਾਈ, ਪਹਿਲਾਂ ਤੋਂ ਉਹ ਪਿੰਡ ਵਿੱਚ ਇੱਕ ਆਮ ਇਜਲਾਸ ਕਰਦੇ ਆ ਜਿਸ ਵਿੱਚ ਸਾਰੇ ਪਿੰਡ ਦੀ ਸ਼ਮੂਲੀਅਤ ਕਰਾਈ ਜਾਂਦੀ ਆ। ਸਾਰੇ ਗਰੀਬ ਅਮੀਰ ਬੱਚੇ ਬੁੱਢੇ ਤੇ ਖਾਸ ਕਰਕੇ ਔਰਤਾਂ ਨੂੰ ਬੁਲਾਇਆ ਜਾਂਦਾ। ਨਾਲੇ ਸਰਕਾਰ ਨੇ ਤਾਂ ਹੁਣ 50% ਔਰਤਾਂ ਦੀ ਭਾਗੀਦਾਰੀ ਪਿੰਡ ਦੇ ਹਰ ਵਿਕਾਸ ਦੇ ਕੰਮ ਕਰਾਉਣ ਵਿੱਚ ਆਦੇਸ਼ ਦਿੱਤੇ ਨੇ। ਆਮ ਇਜਲਾਸ ਬੁਲਾ ਕੇ ਇੱਕ ਐਕਸ਼ਨ ਪਲਾਨ ਤਿਆਰ ਕੀਤਾ ਜਾਂਦਾ ਪਿੰਡ ਦਾ। ਐਕਸ਼ਨ ਪਲਾਨ ਕੀ ਹੁੰਦਾ ਜਗਵੰਤ ਸਿੰਘ? ਐਕਸ਼ਨ ਪਲਾਨ ਤੋਂ ਭਾਵ ਯੋਜਨਾਬੰਦੀ ਤੋਂ ਹੈ, ਜੋ ਪਿੰਡ ਦੇ ਵਿਕਾਸ ਨਾਲ ਜੁੜੇ ਸਾਰੇ ਕੰਮਾਂ ਨੂੰ ਕਰਾਉਣ ਲਈ ਬਣਾਈ ਜਾਂਦੀ ਹੈ। ਪਿੰਡ ਵਾਸੀਆਂ ਤੋਂ ਪਿੰਡ ਵਿੱਚ ਸੋਸ਼ਲ ਮੈਪਿੰਗ ਰਾਹੀਂ ਇੱਕ ਪਿੰਡ ਦਾ ਨਕਸ਼ਾ ਤਿਆਰ ਕਰਵਾਇਆ ਜਾਂਦਾ ਜਿਸ ਵਿੱਚ ਪਤਾ ਚੱਲਦਾ ਕਿ ਪਿੰਡ ਵਿੱਚ ਕਿੱਥੇ ਕਿੱਥੇ ਪਾਈਪਲਾਈਨ ਪਈ ਹੈ ਜਾਂ ਪਾਣੀ ਕਿੱਥੋਂ ਤੱਕ ਪੁੱਜ ਰਿਹਾ ਹੈ। ਅੱਛਾ ਜਗਵੰਤ ਸਿੰਘ। ਹਾਂ, ਨਾਲੇ ਪਿੰਡ ਦੀ ਇੱਕ ਗ੍ਰਾਮ ਪੰਚਾਇਤ ਜਲ ਸਪਲਾਈ ਸੈਨੀਟੇਸ਼ਨ ਕਮੇਟੀ ਵੀ ਬਣਾਈ ਜਾਂਦੀ ਹੈ। ਜਲ ਨਿਗਰਾਨ ਕਮੇਟੀ ਬਣਾ ਕੇ ਜਲ ਦੀ ਨਿਗਰਾਨੀ ਵੀ ਕੀਤੀ ਜਾਂਦੀ ਹੈ। ਸਾਰੀ ਇਕੱਠੀ ਕੀਤੀ ਗਈ ਜਾਣਕਾਰੀ ਦੀ ਡਾਕੂਮੈਂਟੇਸ਼ਨ ਕੀਤੀ ਜਾਂਦੀ ਹੈ ਤੇ ਫਿਰ ਇੱਕ ਪਿੰਡ ਪੱਧਰੀ ਯੋਜਨਾਬੰਦੀ ਐਕਸ਼ਨ ਪਲਾਨ ਤਿਆਰ ਹੁੰਦਾ ਤੇ ਇਸ ਨੂੰ ਬਾਅਦ ਵਿੱਚ ਜ਼ਿਲ੍ਹਾ ਪੱਧਰੀ ਐਕਸ਼ਨ ਪਲਾਨ ਵਿੱਚ ਸ਼ਾਮਲ ਕਰ ਲਿਆ ਜਾਂਦਾ। ਪਿੰਡ ਵਿੱਚ ਜਲ ਜੀਵਨ ਮਿਸ਼ਨ ਤਹਿਤ ਪਿੰਡ ਦੇ ਲੋਕਾਂ ਨੂੰ ਸਾਫ਼ ਤੇ ਸ਼ੁੱਧ ਪਾਣੀ ਇਸ ਤਰ੍ਹਾਂ ਪ੍ਰਾਪਤ ਹੁੰਦਾ ਹੈ। ਉਹ ਕਿਉਂ ਬਲਵੰਤ ਸਿੰਘ, ਆਈ ਕੋਈ ਗੱਲ ਸਮਝ ਦੇ ਵਿੱਚ? ਨਾਲੇ ਇੱਕ ਤੈਨੂੰ ਹੋਰ ਗੱਲ ਦੱਸਾਂ, ਕੱਲ੍ਹ ਆਪਣੇ ਪਿੰਡ ਵਿੱਚ ਮਹਿਕਮੇ ਨੇ ਆਮ ਇਜਲਾਸ ਰੱਖਿਆ ਹੈ ਤੇ ਤੂੰ ਜ਼ਰੂਰ ਆਵੀਂ ਫਿਰ ਉੱਥੇ। ਹਾਂ ਬਈ ਹਾਂ ਜਗਵੰਤ ਸਿੰਘ, ਮੈਂ ਜ਼ਰੂਰ ਆਵਾਂਗਾ। ਆਪਣੇ ਪਿੰਡ ਵਿੱਚ ਜਲ ਜੀਵਨ ਮਿਸ਼ਨ ਦੇ ਤਹਿਤ ਇਸ ਕੰਮ ਨੂੰ ਆਪਾਂ ਜ਼ਰੂਰ ਸਿਰੇ ਚਾੜਨਾ ਵਾਂ। ਨਾਲੇ ਮੈਂ ਆਪਣੀ ਸੰਤੋ ਨੂੰ ਵੀ ਨਾਲ ਲੈ ਕੇ ਆਵਾਂਗਾ, ਕਿਉਂਕਿ ਪਾਣੀ ਦੀ ਸਾਂਭ ਸੰਭਾਲ ਤਾਂ ਔਰਤਾਂ ਨੇ ਹੀ ਕਰਨੀ ਹੁੰਦੀ ਹੈ। ਹਾਂ ਵੀ ਹਾਂ ਬਲਵੰਤ ਸਿੰਘ, ਸੰਤੋ ਭੈਣ ਨੂੰ ਜ਼ਰੂਰ ਲੈ ਕੇ ਆਵੀਂ ਨਾਲ, ਆਪਾਂ ਉਹਦਾ ਨਾਂ ਨਿਗਰਾਨ ਕਮੇਟੀ ਦੀ ਲਿਸਟ ਵਿੱਚ ਪਵਾਵਾਂਗੇ। ਜਲ ਜੀਵਨ ਮਿਸ਼ਨ ਨੂੰ ਬਣਾਈਏ, ਘਰ ਘਰ ਵਿੱਚ ਪਾਣੀ ਦੇ ਕਨੈਕਸ਼ਨ ਲਵਾਈਏ ਤੇ ਆਪਣੇ ਪਿੰਡ ਦੀ ਸ਼ਾਨ ਵਧਾਈਏ।